ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਇੱਕ ਸੀਸੀਟੀਵੀ ਸਾਹਮਣੇ ਆਈ, ਜਿਸ ਦੇ ਵਿੱਚ ਇੱਕ ਬਦਮਾਸ਼ ਪੁਲਿਸ ਤੇ ਗੋਲੀ ਚਲਾ ਕੇ ਭੱਜਦਾ ਨਜ਼ਰ ਆ ਰਿਹਾ ਔਰ ਉਸਦੇ ਪਿੱਛੇ ਪੁਲਿਸ ਦੇ ਮੁਲਾਜ਼ਮ ਲੱਗੇ ਹੋਏ ਨੇ ਔਰ ਇਹ ਮੁਲਜ਼ਮ ਇੱਕ ਪਿੰਡ ਦੀ ਗਲੀ ਦੇ ਵਿੱਚੋਂ ਲੰਘਦਾ ਹੋਇਆ ਦਿਖਾਈ ਦੇ ਰਿਹਾ, ਭੱਜਦਾ ਨਜ਼ਰ ਆ ਰਿਹਾ ਔਰ ਪਿੱਛੇ ਉਸਦੇ ਪੁਲਿਸ ਲੱਗੀ ਹੋਈ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਇਹ ਨਵੀਂ ਸੀਸੀਟੀਵੀ ਹੈ, ਜਿਸ ਦੇ ਵਿੱਚ ਇਹ ਮੁਲਜ਼ਮ ਗੋਲੀਬਾਰੀ ਕਰਕੇ ਇੱਥੋਂ ਫਰਾਰ ਹੋ ਗਿਆ। ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਮਹਿਤਪੁਰ ਦੀਆਂ ਨੇ, ਜਿੱਥੇ ਕਿ 2 ਦਿਨ ਪਹਿਲਾਂ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ ਸੀ। ਹੋਇਆ ਇਹ ਸੀ ਕਿ ਇਸ ਦੇ ਵਿੱਚ CIA ਸਟਾਫ ਦੇ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ CCTV ਸਾਹਮਣੇ ਆਈ, ਜਿਸ ਦੇ ਵਿੱਚ ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਭੱਜਦਾ ਨਜ਼ਰ ਆ ਰਿਹਾ, ਪਿੱਛੇ ਪਿੱਛੇ ਉਸਦੇ ਪੁਲਿਸ ਮੁਲਾਜ਼ਮ ਵੀ ਦਿਖਾਈ ਦੇ ਰਹੇ ਨੇ। ਦੱਸ ਦਈਏ ਕਿ CIA ਮੁਕੇਰੀਆਂ ਦੇ ਪਿੰਡ ਮਨਸੂਰਪੁਰ ਦੇ ਵਿੱਚ ਛਾਪੇਮਾਰੀ ਕਰਨ ਗਈ ਸੀ CIA ਟੀਮ, ਉਸ ਵੇਲੇ ਗੋਲੀਬਾਰੀ ਹੋਈ, ਬਦਮਾਸ਼ ਦੇ ਨਾਲ ਮੁਕਾਬਲਾ ਹੋਇਆ। ਹਮਲੇ ਦੇ ਵਿੱਚ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਔਰ ਉਹ ਹਸਪੀਟਲ ਦੇ ਵਿੱਚ ਜਾ ਕੇ ਸ਼ਹੀਦ ਹੋ ਗਿਆ। ਦੱਸ ਦਈਏ ਕਿ ਪੁਲਿਸ ਮੁਲਾਜ਼ਮਾਂ ਨੇ ਗੋਲੀ ਚਲਾਉਣ ਵਾਲਾ ਰਾਣਾ ਮਨਸੂਰਪੁਰੀਆ ਵੀ ਮਾਰ ਦਿੱਤਾ, ਉਸਦਾ ਐਨਕਾਊਂਟਰ ਕਰ ਦਿੱਤਾ। ਤਾਂ ਉਸ ਮਾਮਲੇ ਦੇ ਨਾਲ ਜੁੜੀ ਹੋਈ ਇਹ ਇੱਕ CCTV ਹੈ, ਜਿਸ ਦੇ ਵਿੱਚ ਮੁਲਜ਼ਮ ਗੋਲੀਬਾਰੀ ਤੋਂ ਬਾਅਦ ਇੱਕ ਪਿੰਡ ਦੇ ਵਿੱਚ, ਜੋ ਕਿ ਹੁਸ਼ਿਆਰਪੁਰ ਦਾ ਪਿੰਡ ਮਹਿਤਪੁਰ ਹੈ, ਉੱਥੋਂ ਭੱਜਦਾ ਨਜ਼ਰ ਆ ਰਿਹਾ ਔਰ ਇਸਦੇ ਪਿੱਛੇ CIA ਸਟਾਫ ਦੇ ਮੁਲਾਜ਼ਮ ਨੇ, ਜੋ ਇਸਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਨੇ। ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਇੱਕ CCTV ਸਾਹਮਣੇ ਆਈ, ਜਿਸ ਦੇ ਵਿੱਚ ਇੱਕ ਬਦਮਾਸ਼ ਪੁਲਿਸ ਤੇ ਗੋਲੀ ਚਲਾ ਕੇ ਭੱਜਦਾ ਨਜ਼ਰ ਆ ਰਿਹਾ ਔਰ ਉਸਦੇ ਪਿੱਛੇ ਪੁਲਿਸ ਦੇ ਮੁਲਾਜ਼ਮ ਲੱਗੇ ਹੋਏ ਨੇ ਔਰ ਇਹ ਮੁਲਜ਼ਮ ਇੱਕ ਪਿੰਡ ਦੀ ਗਲੀ ਦੇ ਵਿੱਚੋਂ ਲੰਘਦਾ ਹੋਇਆ ਦਿਖਾਈ ਦੇ ਰਿਹਾ, ਭੱਜਦਾ ਨਜ਼ਰ ਆ ਰਿਹਾ ਔਰ ਪਿੱਛੇ ਉਸਦੇ ਪੁਲਿਸ ਲੱਗੀ ਹੋਈ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਇਹ ਨਵੀਂ CCTV ਹੈ, ਜਿਸ ਦੇ ਵਿੱਚ ਇਹ ਮੁਲਜ਼ਮ ਗੋਲੀਬਾਰੀ ਕਰਕੇ ਇੱਥੋਂ ਫਰਾਰ ਹੋ ਗਿਆ। ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਮਹਿਤਪੁਰ ਦੀਆਂ ਨੇ, ਜਿੱਥੇ ਕਿ 2 ਦਿਨ ਪਹਿਲਾਂ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ ਸੀ। ਹੋਇਆ ਇਹ ਸੀ ਕਿ ਇਸ ਦੇ ਵਿੱਚ CIA ਸਟਾਫ ਦੇ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ CCTV ਸਾਹਮਣੇ ਆਈ, ਜਿਸ ਦੇ ਵਿੱਚ ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਭੱਜਦਾ ਨਜ਼ਰ ਆ ਰਿਹਾ, ਪਿੱਛੇ ਪਿੱਛੇ ਉਸਦੇ ਪੁਲਿਸ ਮੁਲਾਜ਼ਮ ਵੀ ਦਿਖਾਈ ਦੇ ਰਹੇ ਨੇ। ਦੱਸ ਦਈਏ ਕਿ CIA ਮੁਕੇਰੀਆਂ ਦੇ ਪਿੰਡ ਮਨਸੂਰਪੁਰ ਦੇ ਵਿੱਚ ਛਾਪੇਮਾਰੀ ਕਰਨ ਗਈ ਸੀ CIA ਟੀਮ, ਉਸ ਵੇਲੇ ਗੋਲੀਬਾਰੀ ਹੋਈ, ਬਦਮਾਸ਼ ਦੇ ਨਾਲ ਮੁਕਾਬਲਾ ਹੋਇਆ। ਹਮਲੇ ਦੇ ਵਿੱਚ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਛਾਤੀ ਦੇ ਵਿੱਚ ਗੋਲੀ ਲੱਗੀ ਔਰ ਉਹ ਹਸਪੀਟਲ ਦੇ ਵਿੱਚ ਜਾ ਕੇ ਸ਼ਹੀਦ ਹੋ ਗਿਆ। ਦੱਸ ਦਈਏ ਕਿ ਪੁਲਿਸ ਮੁਲਾਜ਼ਮਾਂ ਨੇ ਗੋਲੀ ਚਲਾਉਣ ਵਾਲਾ ਰਾਣਾ ਮਨਸੂਰਪੁਰੀਆ ਵੀ ਮਾਰ ਦਿੱਤਾ, ਉਸਦਾ ਐਨਕਾਊਂਟਰ ਕਰ ਦਿੱਤਾ। ਤਾਂ ਉਸ ਮਾਮਲੇ ਦੇ ਨਾਲ ਜੁੜੀ ਹੋਈ ਇਹ ਇੱਕ CCTV ਹੈ, ਜਿਸ ਦੇ ਵਿੱਚ ਮੁਲਜ਼ਮ ਗੋਲੀਬਾਰੀ ਤੋਂ ਬਾਅਦ ਇੱਕ ਪਿੰਡ ਦੇ ਵਿੱਚ, ਜੋ ਕਿ ਹੁਸ਼ਿਆਰਪੁਰ ਦਾ ਪਿੰਡ ਮਹਿਤਪੁਰ ਹੈ, ਉੱਥੋਂ ਭੱਜਦਾ ਨਜ਼ਰ ਆ ਰਿਹਾ ਔਰ ਇਸਦੇ ਪਿੱਛੇ CIA ਸਟਾਫ ਦੇ ਮੁਲਾਜ਼ਮ ਨੇ, ਜੋ ਇਸਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਨੇ।